ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਬਿਮਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂਗਾ, ਆਰਾਮ ਨਾਲ ਬੋਲੋ। ਆਹ ਫਿਰ ਆ ਜਾ ਐਮ ਐਨ ਮੂੰਹ ਚੱਕਿਆ ਭੈਣ, ਐਮ ਐਨ ਮੂੰਹ ਚੱਕਿਆ ਭੈਣ, ਐਮ ਐਨ ਮੂੰਹ ਚੱਕਿਆ ਭੈਣ। ਦੋ ਦਿਨ ਤੋਂ ਕਾਫੀ ਜ਼ਿਆਦਾ ਬਿਮਾਰ ਆ, ਕਿਸੇ ਨਾਲ ਆਪਾਂ ਗੱਲ ਕਰ ਰਹੇ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਵਿੱਚੋਂ ਕੋਈ ਡਿਸਟਰਬ ਨਾ ਕਰੇ। ਜਦੋਂ ਵਪਾਰੀਆਂ ਦੇ ਧਰਨੇ 'ਚ ਵਿਧਾਇਕ ਰਣਵੀਰ ਭੁੱਲਰ ਪੁੱਜੇ ਤਾਂ ਤਲਖ ਤੇਵਰ ਵਿਖਾਉਂਦੇ ਹੋਏ ਕਿਸਾਨਾਂ ਨੂੰ ਨਜ਼ਰ ਆਏ। ਵੇਖ ਸਕਦੇ ਹੋ ਕਿ ਇੱਕ ਪਾਸੇ ਤੋਂ ਕਿਸਾਨ ਇਹ ਕਹਿੰਦਾ ਸੁਣਾਈ ਦੇ ਰਿਹਾ ਕਿ ਸਰਦਾਰ ਸਾਹਿਬ ਇੱਕ ਬੇਨਤੀ ਕਰਨੀ ਹੈ, ਤੇ ਦੂਜੇ ਪਾਸੇ ਵਿਧਾਇਕ ਭੁੱਲਰ ਗੁੱਸੇ ਨਾਲ ਭਰੇ ਪਿੱਤੇ ਕਿਸਾਨ ਨੂੰ ਮੂੰਹ ਤੇ ਹੀ ਗਾਲ ਕੱਢਦੇ ਹੋਏ ਸਾਫ਼ ਸੁਣਾਈ ਦੇ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਮਸਲਾ ਵਪਾਰੀਆਂ ਦਾ ਕਿਸਾਨਾਂ ਦਾ ਨਹੀਂ, ਆ ਜਾਂਦੇ ਨੇ ਮੂੰਹ ਚੱਕ ਕੇ। ਸਰਦਾਰ ਸਾਹਿਬ ਆਰਾਮ ਨਾਲ ਬੋਲੋ, ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਬਿਮਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂ ਗਾ, ਆਰਾਮ ਨਾਲ ਬੋਲੋ। ਹਾਂਜੀ ਆਰਾਮ ਨਾਲ ਬੋਲਿਆ ਕਹਿੰਦਾ ਬੋਲੋ, ਕਿੱਥੇ ਮੈਂ ਇੱਥੇ ਹੀ ਰਹਿਣਾ ਤੇ ਇਕੱਲਾ ਹੀ ਰਹਿਣਾ। ਹਾਂ ਆ ਫਿਰ ਆ ਜਾ ਮੈਂ ਮੂੰਹ ਚੱਕਿਆ ਫਿਰ ਦੱਸਦੀ ਕਿ ਦਰਅਸਲ ਫਿਰੋਜ਼ਪੁਰ ਸ਼ਹਿਰੀ ਤੋਂ ਆ ਵਿਧਾਇਕ ਨੇ ਰਣਵੀਰ ਸਿੰਘ ਭੁੱਲਰ ਜੋ ਅੱਜ ਵਪਾਰੀਆਂ ਦੇ ਧਰਨੇ ਦੇ ਵਿੱਚ ਪਹੁੰਚੇ ਸੀ, ਇਸ ਮੌਕੇ ਉਹ ਕਿਸਾਨਾਂ ਦੇ ਨਾਲ ਬਦਸਲੂਕੀ ਕਰਦੇ ਹੋਏ ਨਜ਼ਰ ਆਏ ਨੇ, ਜਿਸ ਦੀ ਵੀਡੀਓ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਸ਼ੇਅਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਿਧਾਇਕ ਨੇ ਕਿਸਾਨਾਂ ਨੂੰ ਗਾਲਾਂ ਕੱਢ ਕੇ ਘਟੀਆ ਮਾਨਸਿਕਤਾ ਪ੍ਰਗਟ ਕੀਤੀ ਹੈ, ਇਸ ਦੀ ਉਹ ਨਖੇਦੀ ਕਰਦੇ ਨੇ। ਇਸ ਦੇ ਨਾਲ ਹੀ ਮਜੀਠੀਆ ਨੇ ਮੰਗ ਕੀਤੀ ਕਿ MLA ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸੁਖਾਣਾ, ਪੰਜਾਬੀ ਲੋਕ ਚੈਨਲ। ਇੱਕ ਤੁਸੀਂ ਵੀ ਅੱਜ ਕਾਫੀ ਤਲਖ ਤੇਵਰ ਦਿਖਾਏ ਕਿਸਾਨਾਂ ਦੇ ਪ੍ਰਤੀ। ਨਹੀਂ ਮੈਂ ਤਲਖ ਤੇਵਰ ਨਹੀਂ, ਮੈਂ ਬਿਮਾਰ ਹਾਂ ਜੀ, ਤਾਂ ਮੈਂ ਦੋ ਦਿਨ ਤੋਂ ਕਾਫੀ ਜ਼ਿਆਦਾ ਬਿਮਾਰ ਹਾਂ, ਮੈਨੂੰ ਮੈਂ ਹੁਣ ਵੀ ਉੱਠ ਕੇ ਆਇਆ, ਇਨਫੈਕਸ਼ਨ ਆ। ਸੋ ਤਲਖ ਨਹੀਂ, ਜਦੋਂ ਕਿਸੇ ਨਾਲ ਆਪਾਂ ਗੱਲ ਕਰ ਰਹੇ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਵਿੱਚੋਂ ਕੋਈ ਡਿਸਟਰਬ ਨਾ ਕਰੇ, ਠੀਕ ਆ। ਮੈਂ ਵੀ ਕਿਸਾਨ ਹਾਂ, ਮੈਂ ਕੋਈ ਬਹੁਤ ਵੱਡਾ ਅਮੀਰ ਆਦਮੀ ਨਹੀਂ, ਮੈਂ ਵੀ ਇੱਕ ਛੋਟੇ ਜਿਹੇ ਕਿਸਾਨ ਦਾ ਪੁੱਤਰ ਹਾਂ। ਸੋ ਕਿਸਾਨਾਂ ਦੀ ਪ੍ਰੋਬਲਮ ਸਮਝਦੇ ਹਾਂ। ਸੋ ਜਿਹੜਾ ਸਾਡੇ ਮੁੱਖ ਮੰਤਰੀ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ, ਉਹ ਵੀ ਇੱਕ ਕਿਸਾਨ ਦੇ ਘਰੇ ਪੈਦਾ ਹੋਏ ਆ। ਸੋ ਅਸੀਂ ਆਮ ਲੋਕ ਹਾਂ ਯਾਰ, ਅਸੀਂ ਤੁਸੀਂ ਦੇਖੋ, ਪਹਿਲਾਂ ਕਦੇ MLA ਇੱਦਾਂ ਦੇ ਹਜੂਮ 'ਚ ਇਕੱਠ ਚਾਹੁੰਦੇ ਸੀ? ਜੇ ਇਹਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ, ਸਾਨੂੰ ਲੋਕਾਂ ਨੇ ਸਪੋਰਟ ਕੀਤੀ ਹੈ, ਸਾਡੇ ਆਪਣੇ ਲੋਕ ਆ, ਨਾਰਾਜ਼ ਨਹੀਂ, ਖਫਾ ਨੇ, ਗੁੱਸੇ ਨੇ, ਗੁੱਸੇ ਆਪਣੇ ਵੀ ਲੋਕ ਹੁੰਦੇ ਆ, ਇਹ ਕੋਈ ਬਗਾਨੇ ਥੋੜ੍ਹੀ ਆ। ਮੈਂ ਨਹੀਂ ਸਮਝਦਾ ਵੀ ਜੇ ਮੈਨੂੰ ਇਹ ਚਾਰ ਗਾਲਾਂ ਕੱਢ ਲੈਣ, ਕੋਈ ਮੇਰਾ ਚਾਚਾ, ਕੋਈ ਮੇਰਾ ਤਾਇਆ, ਕੋਈ ਮੇਰਾ ਭਰਾ ਆ, ਇਹਨਾਂ ਦਾ ਹੱਕ ਆ, ਕਿਉਂਕਿ ਇਹਨਾਂ ਨੇ ਵੋਟ ਦਿੱਤੀ, ਇਹਨਾਂ ਨੇ ਸਰਕਾਰ ਬਣਾਈ ਆ, ਔਰ ਇਹਨਾਂ ਦੀ ਸਰਕਾਰ ਇਹਨਾਂ ਲਈ ਕੰਮ ਕਰਦੀ ਹੈ।